ਔਰ ਭਾਬੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਸਾ ਹੀ ਆਇਆ ਭਾਬੀ ਭਾਈ ਕਰੇ ਵੀ ਥੋੜੇ ਬੋਦੇ ਕੰਮ ਕਰਦੇ ਹੁੰਦੇ ਨੇ ਮੈਂ ਕਿਹਾ ਨਿਬੜ ਕੇ ਜਾਊਂਗਾ ਫਿਰ ਟਾਈਮ ਕਈ ਵਾਰ ਲੱਗ ਜਾਂਦਾ ਨਾ ਹੁਣ ਮੈਂ ਫ੍ਰੀ ਟਾਈਮ ਕੱਢ ਕੇ ਆਇਆ ਅੱਛਾ ਮੈਂ ਤਾਂ ਤੈਨੂੰ ਤਾਂ ਸੱਦਿਆ ਸੀ ਜਾਂ ਮੈਂ ਸੌਦਾ ਲਿਆ ਦਿੰਦਾ ਥੋੜਾ ਜਿਹਾ ਲੈ ਦੋ ਪੈਸੇ ਮੈਂ ਤੈਨੂੰ ਹੁਣ ਲਿਆ ਦਿੰਦੇ ਐ ਕੋਈ ਗੱਲਾਂ ਚ ਗੱਲ ਆ ਭਾਬੀ ਇਹ ਪੈਸੇ ਤਾਂ ਨਹੀਂ ਹੈ ਜੀ ਮੇਰੇ ਕੋਲ ਹੈਗੇ ਫਿਰ ਭਾਬੀ ਹੁਣ ਮੈਂ ਦੱਸੋ ਕੀ ਕਰਾਂ ਐਗਰ 2-3 ਘੰਟਿਆਂ ਨੂੰ ਕਿਹੜਾ ਮਾਰ ਲਈ 2-3 ਘੰਟਿਆਂ ਨੂੰ ਪੈਸੇ ਆ ਜਾਣਗੇ ਲੈ ਭਾਬੀ 2-3 ਘੰਟੇ ਤੱਕ ਕਿੱਥੋਂ ਆ ਜਾਣਗੇ ਲੈ ਤੂੰ ਐਡੇ ਸੁਆਣ ਨਾ ਕਰਿਆ ਕਰ ਕਿ ਤੈਨੂੰ ਕਿਤੋਂ ਆ ਜਾਣਗੇ ਆਪੇ ਭਾਬੀ ਹੁਣ ਲੈ ਤੈਨੂੰ ਇੰਨੀ ਕੀ ਗੱਲ ਇੰਨੀ ਕੌੜੀ ਲੱਗਦੀ ਐ ਕੋਈ ਗੱਲ ਆ ਕੀਤੀ ਮੈਂ ਵੈਸੇ ਪੁੱਛਿਆ ਦਿਨੋਂ ਚੱਲ ਚੱਲ ਕੋਈ ਨਹੀਂ ਜਦੋਂ ਪੈਸੇ ਆਉਣਗੇ ਨਾ ਮੈਂ ਤੈਨੂੰ ਫੋਨ ਕਰ ਦੂੰਗੀ ਨਾਲ ਆ ਜਿਹੜੇ ਗੂਗਲ ਪੇਜ ਹੁੰਦੇ ਆ ਨਾ ਉਹ ਮੇਰੇ ਮੁੰਡੇ ਨੂੰ ਪੈਸੇ ਭਵਾਦੀ ਉਹਦੀ ਵਿਚਾਰੇ ਦੀ ਫੀਸ ਭਰਨੀ ਐ ਠੀਕ ਐ ਉਹਨਾਂ ਦੀਆਂ ਫੋਨ ਆਈ ਜਾਂਦੇ ਨੇ ਉਥੋਂ ਠੀਕ ਆ ਫਿਰ ਪਾਬੇ ਕਰਦੇ ਮੈਨੂੰ ਬੁਲਾ ਲੇ ਫਿਰ ਤੁਸੀਂ ਆਵਾਜ਼ ਮਾਰ ਲਿਓ ਮੈਨੂੰ ਹੈ ਕਿ ਮੈਂ ਮਾਰਾਂ ਆਪੇ ਕਿਹੜਾ ਘੰਟੇ ਤੱਕ ਨਹੀਂ ਮੈਂ ਆਪੇ ਤੈਨੂੰ ਸੱਦ ਲੂੰਗੀ ਚਲੋ ਠੀਕ ਆ ਫਿਰ ਚੰਗ ਲੈ ਵੀ ਮਿਲ ਕੇ ਆਈਏ ਮਿੱਤਰੋ ਨੂੰ 4 ਮਹੀਨਿਆਂ ਬਾਅਦ ਗੇੜਾ ਲੱਗਿਆ ਮਨਾਂ ਜਵਾਕਾਂ ਨੂੰ ਖਰਚਾ ਪਤਾ ਦੇ ਆਵਾਂਗੇ ਉਹ ਵੀ ਬੈਠੀ ਹੋਣੀ ਆ ਸ਼ਰਮਾ ਸ਼ਰਮਾ ਪਾ ਕੇ ਢੀਕਦੀ ਹੋਣੀ ਆ ਫੈਂਦਾ ਪਿਆਰ ਬੜਾ ਕਰਦੀ ਆ ਚੰਦਰੀ ਮਿੱਤਰ ਕਿੱਧਰ ਗਈ ਚੰਦਰੀ ਦਿਸਦੀ ਨਹੀਂ ਹੈਗੀ ਆਗੇ ਜੇ ਹਾਂ ਆ ਗਿਆ ਮਸਾ ਹੀ ਆਇਆ ਜੇ ਸਵੇਰ ਦੀ ਡਿਕਨ ਲਈ ਆ ਉਹ ਫਿਰ ਗੱਡੀ ਵੀ ਲਾਉਣੀ ਸੀ ਉੱਥੇ ਸਰਵਿਸ ਤੇ ਹੋਰ ਸੁਨਾ ਬੱਚੇ ਠੀਕ ਨੇ ਹੋਰ ਠੀਕ ਹੈ ਮੁੰਡੇ ਦਾ ਕਈ ਵਾਰੀ ਫੋਨ ਆ ਗਿਆ ਕਹਿੰਦਾ ਮੇਰੀ ਫੀਸ ਭਰੋ ਉਹ ਕੋਈ ਗੱਲ ਨਹੀਂ ਫੀਸ ਦੀ ਕਾਨੂੰ ਟੈਨਸ਼ਨ ਲੈਣੀ ਆ ਤੂੰ ਭਰ ਦਾਂਗੇ ਓਹ ਭੀਸਤਾ ਭਰ ਦੋਗੇ ਪਰ ਐ ਨਾ ਵੀ ਤੁਸੀਂ ਇੱਕ ਤਾ ਆਵਾ ਤੜਕੇ ਦਾ ਫੋਨ ਕੀਤਾ ਹੋਇਆ ਵੀ ਮੈਂ ਆ ਗਿਆ ਮੈਂ ਕੰਮ ਤੰਦੇ ਸਾਰੇ ਛੱਡ ਕੇ ਤੁਹਾਨੂੰ ਡੀਕਦੀ ਰਹਿਣੀ ਆ ਤੁਸੀਂ ਇੰਨੇ ਲੇਟ ਆਏ ਹੋ ਉਹ ਤੈਨੂੰ ਪਤਾ ਹੈ ਉਹ ਬੱਚੀ ਬਹੁਤ ਅੰਗ ਕਰਦਾ ਮੈਨੂੰ ਆਪਣੇ ਵਾਲਾ ਕਿਉਂ ਕੀ ਹੋ ਗਿਆ ਉਹ ਕਹਿੰਦਾ ਨਾਲ ਜਾਣਾ ਉਸਤਾਦ ਆ ਲੈ ਆਉਣਾ ਸੀਗਾ ਉਹ ਕੰਨੂ ਵਿਗੜ ਜੂਗਾ ਤੇ ਨਾਲੇ ਮੈਂ ਤੈਨੂੰ ਇੱਕ ਗੱਲ ਦੱਸਣੀ ਸੀ ਹਾਂਜੀ ਦੱਸੋ ਮੈਂ ਘੋੜਾ ਲੈਣ ਲੱਗਿਆ ਹੁਣ ਲੈ ਦੱਸ ਘੋੜੇ ਦਾ ਤੁਸੀਂ ਕੀ ਕਰਨਾ ਕੋਈ ਚਾਰ ਮੱਝਾਂ ਲਓ ਕਮ ਸੇ ਕਮ ਦੁੱਧ ਦੇਣਗੀਆਂ ਡੇਰੀ ਚ ਪਾਇਆ ਕਰਾਂਗੇ ਉਹ ਕਮਲਈਏ ਉਹ ਘੋੜੇ ਦੀ ਨਹੀਂ ਗੱਲ ਕਰਦਾ ਮੈਂ ਉਹ ਵੀ ਗੱਡੀ ਹੁੰਦੀ ਆ ਟਰਾਲਾ ਹੁੰਦਾ ਵੱਡਾ ਤੇ ਫਿਰ ਘੋੜਾ ਕੀ ਹੁੰਦਾ ਉਹ ਕਹਿ ਦੋ ਮੈਂ ਟਰੱਕ ਲੈਣਾ ਉਹ ਘੋੜਾ ਹੁੰਦਾ ਉਹਨੂੰ ਘੋੜਾ ਕਹਿੰਦੇ ਨੇ ਅੱਛਾ ਤੇ ਸਾਰੀਆਂ ਗੱਲਾਂ ਇੱਥੇ ਹੀ ਕਰੀ ਜਾਣੀਆਂ ਚਾਹ ਬਾਣੀ ਨਹੀਂ ਪੁੱਛਣਾ ਛੱਲ ਆਜੋ ਚਾਹ ਬਾਣੀ ਪੀ ਲਓ ਪੰਜਾਬ ਦਾ ਮੌਲਦਾ ਨੂੰ ਪਤਾ ਬਹੁਤ ਖਰਾਬ ਹੈ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਬਈ ਪੁੱਛ ਨਾ ਕੋਈ ਜੇ ਤੂੰ ਕਹਿ ਦੇਂਗਾ ਨਾ ਵੀ ਕਿਸੇ ਚੀਜ਼ ਬਾਰੇ ਆਪਾਂ ਬੋਲ ਲਾਂਗੇ ਆਪਾਂ ਬੋਲ ਤੱਕ ਨਹੀਂ ਸਕਦੇ ਐਵੇਂ ਦੇ ਹਾਲਾਤ ਬਣ ਚੁੱਕੇ ਨੇ ਅੱਜ ਤਾਂ ਯਾਰ ਚੱਲ ਵਾਏ ਗੁਰੂ ਭਲਾ ਕਰੇ ਯਾਰ ਹੋਰ ਬਸ ਵਾਏ ਗੁਰੂ ਦੇ ਡੋਰਾ ਨੇ ਭਰਾਵਾ ਹੋਰ ਤਾਂ ਆਪਾਂ ਨੂੰ ਕਿਹਦੇ ਇਤਿਆਸ ਹੁੰਦੀ ਵਾਏ ਗੁਰੂ ਆ ਇੱਕ ਬਸ ਉਹ ਹੀ ਭਲੀ ਕਰੇ ਚੱਲ ਠੀਕ ਹੈ ਭਾਈ ਮੈਂ ਚੱਲਦਾ ਠੀਕ ਆ ਤੂੰ ਕਿੱਥੇ ਚੱਲਣਾ ਉਹ ਬਾਤ ਤੈਨੂੰ ਪਤਾ ਨਹੀਂ ਆ ਆਪਣੀ ਹੈ ਨਹੀਂ ਮੋੜ ਤੇ ਘਰ ਭਾਬੀ ਰਹਿੰਦੀ ਉੱਥੇ ਭਾਬੀ ਹਾਂ ਜਿਹਦੇ ਘਰ ਵਾਲਾ ਪੂਰਾ ਹੋਇਆ ਹੈ ਪਿੱਛੇ ਜੇ ਵਾਵਾ ਟਾਈ ਉੱਧਰ ਜਾ ਕੇ ਆਉਣਾ ਮੈਂ ਤੂੰ ਬਾੜਾ ਨਾ ਉੱਧਰ ਜਾਇਆ ਕਰ ਬਾਈ ਕਿਉਂ ਬਈ ਉਹਦੇ ਬਦਨਾਮ ਹੋ ਜਾਏਗਾ ਕਿਉਂ ਬਈ ਐਵੇਂ ਦੀ ਕੀ ਗੱਲ ਆ ਯਾਰ ਤੈਨੂੰ ਪਤਾ ਹੀ ਐ ਉਹ ਪਤਾ ਚੱਕਰ ਕੀ ਬਾਈ ਲੋਕ ਕੀ ਨਾ ਜਿੰਨੇ ਮੂੰਹ ਹੁੰਦੀਆਂ ਗੱਲਾਂ ਉਹ ਵਿਚਾਰੀ ਵਿਧਵਾ ਯਾਰ ਕਰਮਾਂ ਦੀ ਮਾਰੀ ਆ ਠੀਕ ਆ ਜੇ ਮਦਦ ਕਰਨ ਲਈ ਥੋੜਾ ਬਹੁਤਾ ਬਲਾ ਲਿੰਦੀ ਆ ਤੇ ਆਪਾਂ ਚੱਲ ਜਾਂਦੇ ਮੇਰਾ ਕਿਹੜਾ ਕੁਝ ਕਰ ਜਾਂਦਾ ਵੀਰੇ ਮਦਦ ਕਰਦਾ ਕਰਦਾ ਹੀ ਬੰਦਾ ਨਾ ਬਦਨਾਮ ਹੋ ਜਾਂਦਾ ਤੈਨੂੰ ਇਹ ਤਾਂ ਕਾਇਚ ਜਦਾ ਨਹੀਂ ਪਤਾ ਮੰਨ ਤਾਂ ਠੀਕ ਹੈ ਗੱਲ ਹੈ ਪਰ ਲੋਕਾਂ ਦੇ ਆਪਾਂ ਮੂੰਹ ਤੇ ਨਹੀਂ ਨਾ ਫੜ ਸਕਦੇ ਆਪਾਂ ਜਦੋਂ ਸੱਚੀਆਂ ਕੋ ਚੱਕਰ ਨਹੀਂ ਫਿਰ ਨਾਲੇ ਯਾਰ ਆਪਣੇ ਥੋੜੇ ਜਿਹਾ ਜਾ ਅਗਲੇ ਦੀ ਹੈਲਪ ਹੋ ਜਾਂਦੀ ਮਦਦ ਹੋ ਜਾਂਦੀ ਹੈ ਕਿਉਂਕਿ ਮੁੰਡਾ ਉਹਦਾ ਹੈ ਨਹੀਂ ਇੱਥੇ ਉਹ ਵਿਚਾਰਾ ਜਵਾਕ ਪਟਿਆਲੇ ਪੜਦਾ ਵਾ ਚੱਲ ਮਾਰੇ ਮੋਟੇ ਗਰੀ ਕੰਮ ਕਰਨ ਨੂੰ ਬੁਲਾ ਲੈਂਦੀ ਹੈ ਕੁਝ ਨਹੀਂ ਹੁੰਦਾ ਐਵੇਂ ਲੋਕਾਂ ਦੀ ਬਾੜੀ ਪਰਵਾਹ ਨਹੀਂ ਕਰੀਦੀ ਹੁੰਦੀ ਭਰਾ ਪਧੇ ਤੈਨੂੰ ਠੀਕ ਆ ਨਾ ਚਲ ਇੱਕ ਗਰੁੱਪ ਲਾ ਕਰੇ ਠੀਕ ਆ ਓਕੇ ਬਾਕੀ ਤੂੰ ਧਿਆਨ ਨਾ ਦੇ ਆ ਕਰ ਐਮ ਦੀ ਗੱਲਾਂ ਤੇ ਬਾਹਲਾ ਲੋਕੀ ਤੇ ਬੋਲਦੇ ਰਹਿੰਦੇ ਹੁੰਦੇ ਨੇ ਠੀਕ ਆ ਨਾ ਚਲ ਲੱ ਠੀਕ ਹੈ ਹਰ ਮੈਂ ਤਾਂ ਚੱਲਦਾ ਹੈ ਠੀਕ ਆ ਤੇ ਪਰ ਛੇਤੀ ਛੇਤੀ ਗੇੜਾ ਮਾਰਦੇ ਰਿਹਾ ਕਰੋ ਮੈਨੂੰ ਤੁਹਾਡਾ ਹੀ ਇਤਿਆਸਰਾ ਮੇਰਾ ਕਿਹੜਾ ਕੋਈ ਅੱਗੇ ਪਿੱਛੇ ਹੈਗਾ ਵਾ ਚੱਲ ਕੋਈ ਗੱਲ ਨਹੀਂ ਹੁਣ ਮੈਂ ਛੇਤੀ ਗੇੜਾ ਮਾਰੂੰਗਾ ਨੇੜੇ ਦੇ ਮਾਲ ਭਰਿਆ ਹੋਇਆ ਮੇਰਾ ਠੀਕ ਆ ਤੇ ਉਹ ਨਾ ਮੁੰਡੇ ਦੀ ਫੀਸ ਭਰਨੀ ਸੀ ਥੋੜੇ ਬਹੁਤੇ ਪੈਸੇ ਦੇ ਜਾਂਦੇ ਆ ਲੋ ਇਹਨਾਂ ਤੇ ਫੀਸ ਹੀ ਮਹਾ ਭਰੀ ਜਾਣੀ ਕਰਦਾ ਸੌਦਾ ਵੀ ਮੁੱਕਾ ਪਿਆ ਵਾਲ ਕੋਈ ਨਹੀਂ ਤੈਨੂੰ ਪਤਾ ਤਾਂ ਹੈਗਾ ਮੇਰਾ ਇੱਧਰ ਵੀ ਪਿੱਛੇ ਵੀ ਪਰਿਵਾਰ ਹੈਗਾ ਉੱਧਰ ਵੀ ਦੇਖਣਾ ਪੈਂਦਾ ਮੈਂ ਜਦੋਂ ਅਗਲੇ ਕਿਹੜੇ ਆਉਂਗਾ ਨਾ ਤੇ ਤੈਨੂੰ 10000 ਰੁਪਏ ਦੇ ਕੇ ਜਾਊਂਗਾ ਚਲੋ ਠੀਕ ਹੈ ਠੀਕ ਹੈ ਹਾਂ ਨਾਲੇ ਖੁਸ਼ ਰਿਹਾ ਕਰ ਚਲੋ ਠੀਕ ਹੈ ਕੋਈ ਚਲ ਫੀਸ ਤਾਂ ਭਰੀ ਜਾਉਂ ਮੁੰਡੇ ਦੀ ਪਬੀਆ ਕੌਣ ਸੀਗਾ ਓਏ ਇਹ ਤਾਂ ਸਾਡਾ ਰਿਸ਼ਤੇਦਾਰ ਸੀਗਾ ਗੋੜੀ ਰਿਸ਼ਤੇਦਾਰੀ ਲੱਗਦੀ ਆ ਆਹੋ ਕਿਉਂ ਮੈਂ ਅੱਗੇ ਕਈ ਵਾਰ ਵੇਖਿਆ ਨਾ ਮੈਂ ਲੰਘਦਾ ਟੱਪਦਾ ਆਉਂਦਾ ਜਾਂਦਾ ਵੇਖਿਆ ਵਾਵਾ ਵਾਰੀ ਫਿਰ ਮੈਂ ਪੁੱਛਿਆ ਹੁਣ ਦੇਖਿਆ ਦੇ ਦੋ ਆਹੋ ਤੇ ਫਿਰ ਰਿਸ਼ਤੇਦਾਰ ਤਾਂ ਆਉਂਦੇ ਹੀ ਹੁੰਦੇ ਆ ਭਾਬੀ ਤੂੰ ਇਦਾਂ ਕਰ ਤੇ ਬੋਲਦੀ ਨਹੀਂ ਜੇ ਆਪਾਂ ਵੈਸੇ ਪੁੱਛ ਲਿਆ ਤੂੰ ਤਾਂ ਬੰਦਨ ਦੀ ਜਿਵੇਂ ਤੂੰ ਜ਼ਹਿਰ ਖਾਦਾਂ ਦਾ ਜਾਂ ਕੋਈ ਅਜੀ ਕੋੜੀ ਚੀਜ਼ ਖਾਦੀ ਹੁੰਦੀ ਆ ਚੱਲ ਕੋਈ ਨਹੀਂ ਤੂੰ ਛੱਡ ਇਹਨਾਂ ਗੱਲਾਂ ਨੂੰ ਮੇਰੀ ਗੱਲ ਸੁਣ ਆ ਮੇਰੇ ਕੋਲ ਥੋੜੇ ਜਿਹਾ ਪੈਸੇ ਆ 1500 ਰੁਪਇਆ ਸੌਦਾ ਤੇ ਫਿਰ ਤੂੰ ਰਹਿਣ ਦੇ ਤੇ ਤੂੰ ਮੇਰੇ ਮੁੰਡੇ ਨੂੰ ਨਾ ਗੂਗਲ ਪੇ ਕਰਾਇਆ ਚਲ ਭਾਬੀ ਉਹ ਤੇ ਕਰਾਉਣਾ ਤੇ ਪਰ ਤੁਸੀਂ ਸੌਦਾ ਵੀ ਕਹਿੰਦੇ ਸੀ ਦੋ ਤਿੰਨ ਦਿਨਾਂ ਦਾ ਤੁਸੀਂ ਮੈਨੂੰ ਕਹਿੰਦੇ ਪਏ ਸੀ ਹੁਣ ਤੁਸੀਂ ਕਹਿੰਦੇ ਸੌਦਾ ਰਹਿਣ ਦੇ ਫਿਰ ਮੇਰੇ ਕੋਲ ਪੈਸੇ ਥੋੜੇ ਆਸਟੈਂਟ ਫਿਰ ਉਹਦੀ ਫੀਸ ਜ਼ਰੂਰੀ ਆ ਸੌਦਾ ਮੈਂ ਫੇਰ ਲੈ ਆਉਂਗੀ ਭਾਬੀ ਰਿਸ਼ਤੇਦਾਰ ਨੂੰ ਕਹਿੰਦੇ ਥੋੜੇ ਜੇ ਹੋਰ ਦੇ ਜਾਂਦਾ ਵੇ ਤੈਨੂੰ ਪਤਾ ਹੈ ਰਿਸ਼ਤੇਦਾਰ ਦੇ ਕੇ ਗਿਆ ਹੈ ਭਾਬੀ ਪਰ ਮੈਂ ਤਾਂ ਵੈਸਾ ਕਰਨ ਪਹਿਲਾਂ ਹੈ ਨਹੀਂ ਸੀ ਨਾ ਤੁਹਾਡੇ ਕੋਲ ਮੈਂ ਕਿਉਂ ਗਿਆ ਚਲੋ ਹੀ ਦੇਖ ਗਿਆ ਹਣਾ ਆਹੋ ਉਹ ਹੀ ਦੇ ਕੇ ਗਿਆ ਏ ਤੂੰ ਬਾਲੀਆਂ ਮਸ਼ਕਰੀਆਂ ਨਾ ਕਰਿਆ ਕਰ ਜਿਹੜਾ ਕੰਮ ਆਖਾ ਨਾ ਜਾ ਉਹ ਕਰ ਜਾ ਕੇ ਚਲ ਠੀਕ ਹੈ ਭਾਬੀ ਮੈਂ ਤਾਂ ਮਜ਼ਾਕ ਕਰਦਾ ਸੀਗਾ ਕਰਦਾ ਸੀ ਮਜ਼ਾਕ ਇਹ ਵੀ ਸਵਾਦ ਹੀ ਲੈਂਦਾ ਰਹਿੰਦਾ ਸਾਰਾ ਦਿਨ ਹੋਰ ਕੋ ਕੰਮ ਨਹੀਂ ਹੈਗਾ ਇਹਨੂੰ ਚੱਲ ਵੇ ਮਣਾ ਤੂੰ ਤੇ ਕਰ ਕੰਮ ਆ ਰੱਬ ਵੀ ਬੈਰੀ ਬਣਿਆ ਖੜਿਆ ਸਾਰੀ ਕਣਕ ਡੇਗ ਗਈ ਪਾਪਾ ਗੜੇ ਨਾ ਸਮਾਰਤਾ ਕਣਕ ਦਾ ਸਰਕਾਰਾਂ ਵੀ ਕਿਹੜਾ ਮੁਆਵਜ਼ਾ ਦਿੰਦੀਆਂ ਨੇ ਇਹਨਾਂ ਦਾ ਵੀ ਬਸ ਬੁਰਾ ਹਾਲੀਆ ਸਰਕਾਰਾਂ ਦਾ ਕਿਵੇਂ ਬਾਈ ਇਕੱਲਾ ਹੀ ਬੋਲੀ ਜਾਂਦਾ ਹੈ ਉੱਤੇ ਨੂੰ ਪਤਾ ਆ ਦੇਖ ਜਿਹੜੀ ਹੈਗੀ ਸੀ ਮਾੜੀ ਮੋਟੀ ਮਾਂ ਖਾਣ ਜੋਗੇ ਚਾਰ ਦਾਣੇ ਹੋ ਜਾਣਗੇ ਦੇਖਦੀ ਕਣਕ ਗੜੇ ਮਾਰੀ ਕਰਦੀ ਰੱਬ ਨੇ ਹਾਂ ਇਹ ਤਾਂ ਹੈਗਾ ਬਾਈ ਬਹੁਤ ਮੀਂਹ ਪਿਆ ਤਾਂ ਕਰਕੇ ਸਾਰੀ ਫਸਲ ਬਰਬਾਦ ਹੋ ਗਈ ਹੋਰ ਤੇ ਠੀਕ ਹੈ ਬਾਈ ਮੈਂ ਤਾਂ ਤੈਨੂੰ ਇੱਕ ਗੱਲ ਕਹਿਣੀ ਸੀ ਦੱਸ ਗੱਲ ਕੀ ਆ ਬਾਈ ਤੂੰ ਨਾਲ ਦੇ ਪਿੰਡ ਕੀ ਲੈਣ ਜਾਣਾ ਕਿਹੜੇ ਨਾਲ ਦੇ ਪਿੰਡ ਜਾਣਾ ਯਾਰ ਮੈਂ ਉਹ ਬਾਈ ਸਾਰਾ ਐਨਾ ਰੋਲਾ ਪਿਆ ਫਿਰਦਾ ਕਾ ਦਾ ਰੋਲਾ ਪਿਆ ਯਾਰ ਤੂੰ ਮੈਨੂੰ ਸਿੱਧੀ ਗੱਲ ਦੱਸ ਵੀ ਆ ਚੱਕਰ ਹੈ ਉਹ ਬਾਈ ਮੇਰਾ ਤਾਂ ਕੈਨ ਨੂੰ ਜੀ ਨਹੀਂ ਕਰਦਾ ਕਹਿੰਦੇ ਤੂੰ ਕਿਸੇ ਜਨਾਨੀ ਕੋਲ ਜਾਣਾ ਉੱਥੇ ਉਹ ਯਾਰ ਜਨਾਨੀ ਕੋਲ ਜਨਾਨੀ ਕੋਲ ਮੈਂ ਕੀ ਲੈਣ ਜਾਣਾ ਮੇਰੇ ਕੋਲ ਚੰਗਾ ਭਲਾ ਬਦਾ ਪਰਿਵਾਰ ਹੈਗਾ ਯਾਰ ਬਾਈ ਐ ਨਾ ਭੋਲਾ ਜਿਹਾ ਬਣ ਮੈਨੂੰ ਸਾਰੀ ਗੱਲ ਦੱਸੀ ਐ ਕਿਸੇ ਪੱਕੇ ਬੰਦੇ ਨੇ ਉਹ ਕਹਿੰਦਾ ਤੂੰ ਵਿਆਹ ਉਹ ਕਰਵਾਉਣ ਨੂੰ ਫਿਰਦਾ ਦੁਬਾਰਾ ਉਹਦੇ ਜਵਾਬ ਵੀ ਨਹੀਂ ਕਹਿੰਦੇ ਲੋਕਾਂ ਦਾ ਕੀ ਐ ਲੋਕ ਤਾਂ ਬਹੁਤ ਕੁਝ ਕਹਿੰਦੇ ਨੇ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਜਿਹੜਾ ਤੈਨੂੰ ਕੰਮ ਕਿਹਾ ਸੀ ਯਾਰ ਉਹ ਕੰਮ ਤਾਂ ਬਾਈ ਮੈਂ ਕੰਮ ਹੀ ਜਾ ਕੇ ਆਇਆ ਤੇਰਾ ਹੁਣ ਸ਼ਹਿਰ ਫਿਰ ਕੀ ਕਹਿੰਦੇ ਉਹ ਤਾਂ ਕਹਿੰਦੇ ਲਾਉਣ ਤਾਂ ਹੋ ਜੂਗਾ ਕੋਈ ਗੱਲ ਨਹੀਂ ਪਰ ਬਸ ਮੈਨੂੰ ਤਾਂ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਹੀ ਡਰ ਲੱਗੀ ਜਾਂਦਾ ਬਾਈ ਉਹ ਤੂੰ ਐਵੇਂ ਨਾ ਡਰ ਲਾਉਣ ਹੋ ਜੂਗਾ ਤੇ ਆਪਾਂ ਟਰਾਲਾ ਪਾਣਾ ਉਹ ਤਾਂ ਠੀਕ ਹੈ ਬਾਈ ਜੇ ਭਾਬੀ ਨੂੰ ਪਤਾ ਲੱਗ ਗਿਆ ਨਾ ਐਵੇਂ ਕੰਜਰ ਕਲੇਸ਼ ਖੜਾ ਹੋ ਜੂਗਾ ਬਾਈ ਤੂੰ ਸਿਆਣਾ ਬਣ ਜਾ ਉਹ ਮੈਂ ਸਿਆਣਾ ਹੀ ਆ ਕੋਈ ਚੱਕਰ ਨਹੀਂ ਹੈਗਾ ਲੋਕ ਤਾਂ ਬਹੁਤ ਕੁਝ ਭੌਂਕਦੇ ਨੇ ਲੋਕਾਂ ਦਾ ਕੀ ਆ ਤੇ ਐ ਕਰੀ ਇੱਕ ਵਾਰੀ ਫੇਰ ਮਾਰ ਕੇ ਆਈਂ ਜਿਹੜਾ ਘੋੜਾ ਤਾਂ ਪਾਣੇ ਲੈਣਾ ਹੀ ਲੈਣਾ ਹੈ ਉਹ ਤਾਂ ਲੈ ਲੈ ਭਾਈ ਕੋਈ ਗੱਲ ਨਹੀਂ ਉਹ ਤਾਂ ਹੋ ਜੂਗਾ ਕਹਿੰਦੇ ਸੀ ਹੋ ਜੂਗਾ ਕੋਈ ਗੱਲ ਨਹੀਂ ਹਾਂ ਚੱਲ ਠੀਕ ਹੈ ਮਿੱਤਰੋ ਫਿਰ ਮੈਂ ਚੱਲਦਾ ਹੈ ਉਹ ਤੇ ਚੱਲ ਠੀਕ ਆ ਕਿਤੇ ਨਵੀਂ ਗੱਡੀ ਦੇ ਚਾਹ ਚ ਵੇਖਿਓ ਕਿਤੇ ਮੈਨੂੰ ਨਾ ਭੁੱਲ ਜਿਓ ਉਹ ਨਹੀਂ ਭੁੱਲਦਾ ਤੈਨੂੰ ਕਿਵੇਂ ਭੁੱਲ ਸਕਦਾ ਮੈਂ ਹੈ ਉਹ ਮੇਰਾ ਤਾਂ ਤੇਰੇ ਬਿਨਾ ਕੋਈ ਹੈ ਵੀ ਨਹੀਂ ਉਹ ਮੈਂ ਜੂ ਹੈਗਾ ਤੂੰ ਚਿੰਤਾ ਕਿਉਂ ਕਰਦੀ ਆ ਉਹ ਤਾਂ ਗੱਲ ਠੀਕ ਆ ਪਰ ਮੇਰੀ ਗੱਲ ਸੁਣੋ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਨਾ ਕਿ ਜਦੋਂ ਆਪਾਂ ਨੇ ਨਵੀਂ ਗੱਡੀ ਲੈ ਲਈ ਤੁਸੀਂ ਮੇਰੇ ਨਾਲ ਪੱਕਾ ਰਹਿਣ ਲੱਗ ਜੂਗੇ ਉਹ ਤਾਂ ਠੀਕ ਹੈ ਰਹਿਣ ਤਾਂ ਲੱਗ ਜਾਗੇ ਮੈਂ ਥੋੜਾ ਜਿਹਾ ਮੁੰਡੇ ਤੋਂ ਝੱਗਦਾ ਉਹ ਕੁਝ ਨਹੀਂ ਹੁੰਦਾ ਮੈਂ ਕੀਤੀ ਸੀ ਮੁੰਡੇ ਨਾਲ ਗੱਲ ਉਹ ਕੁਝ ਨਹੀਂ ਕਹਿੰਦਾ ਤੁਸੀਂ ਬਸ ਹੁਣ ਆਹ ਗੇੜਾ ਲਾ ਕੇ ਆਓ ਤੇ ਪੱਕਾ ਮੇਰੇ ਨਾਲ ਹੀ ਰਹਿਣਾ ਹੁਣ ਨਹੀਂ ਜਾਣਾ ਕਿਤੇ ਵੀ ਚਲ ਕੋਈ ਨਹੀਂ ਰਵਾਂਗੇ ਆਪਾਂ ਇਕੱਠੇ ਹੀ ਰਵਾਂਗੇ ਆਹ ਗੇੜਾ ਲਾਇਆ ਵਾਂ ਮੈਂ ਇੱਕ ਪੇਰਾ ਉਹ ਦੁਬਾਰਾ ਇੱਥੇ ਰਹਿ ਜਾ ਕਰਾਂਗੇ ਮੈਂ ਪਿੰਡ ਨਹੀਂ ਜਾਣ ਦਾ ਕਰਨਾ ਆਪਦਾ ਆਪੇ ਸੰਭਾਲ ਲਿਆ ਕਰਨਗੇ ਉਹ ਤੂੰ ਚੱਲ ਕੋਈ ਨਹੀਂ ਹੁਣ ਮੇਰਾ ਉਹਨਾਂ ਨਾਲ ਕੀ ਲੈਣਾ ਦੇਣਾ ਹੈ ਜਿਹੜਾ ਹਿੱਸਾ ਹੈਗਾ ਸੀ ਮੇਰਾ ਮੈਂ ਵੇਚ ਵਟ ਕੇ ਕਰਾ ਕੇ ਲਾਉਣਾ ਤੇ ਹੁਣ ਇੱਧਰ ਹੀ ਆ ਮੈਂ ਤੇਰੇ ਅੱਲੀ ਆ ਚੱਲ ਠੀਕ ਆ ਹਾਂ ਚੱਲ ਕੋਈ ਨਹੀਂ ਤੁਸੀਂ ਜਾਓ ਤੇ ਮੇਰੀ ਗੱਲ ਸੁਣੋ ਧਿਆਨ ਰੱਖਿਓ ਤੇ ਇੱਕ ਛੇਤੀ ਆ ਜਿਓ ਠੀਕ ਆ ਤੂੰ ਫਿਕਰ ਨਾ ਕਰੀ ਮੈਂ ਛੇਤੀ ਗੇੜਾ ਮਾਰੂੰਗਾ ਠੀਕ ਆ ਠੀਕ ਆ ਚੱਲ ਜਿੱਥੇ ਮਰਜ਼ੀ ਭੱਜ ਲਾ ਹੁਣ ਜਾਣ ਤਾਂ ਤੈਨੂੰ ਮੈਂ ਕਿਤੇ ਦਿੰਦੀ ਨਹੀਂ ਤੂੰ ਇੱਕ ਰੀ ਵਿਆਹ ਕਰਾ ਮੇਰੇ ਨਾਲ ਫਿਰ ਤੂੰ ਵੀ ਮੇਰਾ ਤੇ ਟਰਾਲਾ ਵੀ ਮੇਰਾ ਵਾਧੂ ਪੈਸੇ ਆਇਆ ਕਰਨਗੇ ਫਿਰ ਤਾਂ ਆਪਣੀਆਂ ਸਾਰੀਆਂ ਰੀਜਾਂ ਪੂਰੀਆਂ ਕਰੂੰਗੀ ਇੱਕ ਇੱਕ ਰੀਜ ਪੂਰੀ ਕਰੂੰਗੀ ਮੈਂ ਲਓ ਇਹ ਕਾ ਹੁੰਦਾ ਹੀ ਸਵਾਦ ਲੈਣਾ ਸਾਸਰੀ ਕਾਲ ਸਾਸਰੀ ਕਾਲ ਕਿਵੇਂ ਵੇਲੜਾ ਮੈਂ ਤਾਂ ਠੀਕ ਹੈ ਤੁਸੀਂ ਦੱਸੋ ਕੀ ਗੱਲ ਕੱਲੇ ਗੱਲਾਂ ਕਰੀ ਜਾਂਦੇ ਹੋ ਨਾ ਮੈਂ ਕਾਨੂੰ ਕੱਲੇ ਗੱਲਾਂ ਕਰਨੀਆਂ ਮੈਂ ਹਾਂ ਇੱਕ ਆ ਤੁਰਿਆ ਆਉਂਦਾ ਹੀ ਵੇਲੜ ਅੱਛਾ ਹੋਰ ਉਹ ਮੈਂ ਅੱਜ ਫੇਰ ਰਿਸ਼ਤੇਦਾਰ ਆਇਆ ਵੇਖਿਆ ਸੀਗਾ ਨੰਗਣ ਤੇ ਸੀ ਹੁਣ ਇੱਥੇ ਟੱਕਰਿਆ ਮੈਨੂੰ ਤੇ ਵੇ ਰਿਸ਼ਤੇਦਾਰ ਆਉਂਦੇ ਹੀ ਹੁੰਦੇ ਤੂੰ ਬੜੇ ਸਵਾਦ ਲੈਣਾ ਤੈਨੂੰ ਕੀ ਗੱਲ ਆ ਨਹੀਂ ਬੱਬੀ ਕਈ ਬਾਹਲੇ ਘੱਟ ਹੁੰਦੇ ਨੇ ਨਾ ਫਰਕ ਤਾਂ ਪੈਂਦਾ ਹੀ ਥੋੜਾ ਜਿਹਾ ਆਹੋ ਪੈਂਦਾ ਫਰਕ ਉਹ ਹੀ ਸਵਾਦ ਲੈਣਾ ਰਹੀ ਨਾ ਨਾ ਬੱਬੀ ਉਹ ਸਵਾਦ ਵਾਲੀ ਗੱਲ ਨਹੀਂ ਨਾ ਲੋਕੀ ਗੱਲਾਂ ਕਰਦੇ ਆ ਤੇ ਕਹਿੰਦੇ ਸੀ ਵੀ ਆ ਬੜੇ ਚੱਕਰ ਮਾਰਦੇ ਇੱਧਰ ਮੈਂ ਤਾਂ ਤੇਰੀ ਕੋਈ ਗੱਲ ਕੀਤੀ ਨਹੀਂ ਤੇ ਮੈਨੂੰ ਕੀ ਲੋੜ ਉਹਦਾ ਤਾਂ ਵੇ ਲੋਕੀ ਮੇਰੇ ਘਰ ਬੋਰੀਆਂ ਨਹੀਂ ਸਿੱਟ ਕੇ ਜਾਂਦੇ ਕੋਈ ਮੇਰੇ ਘਰ ਆਟਾ ਨਹੀਂ ਸਿੱਟ ਕੇ ਜਾਂਦਾ ਖਾਨ ਨੂੰ ਠੀਕ ਹੈ ਨਾ ਇਹ ਤਾਂ ਨਾਲ ਦੇ ਪਿੰਡ ਦਾ ਡਰਾਈਵਰ ਆ ਮੇਰੀ ਗੱਲ ਬਾਤ ਆ ਮੈਂ ਵਿਆਹ ਕਰਾਉਂਗੀ ਇਹਦੇ ਨਾਲ ਅਗਲਾ ਮੇਰਾ ਖਰਚਾ ਚੱਕਦਾ ਕਿਸੇ ਦਾ ਕੀ ਢਿੱਡ ਦੁਖਦਾ ਠੀਕ ਹੈ ਬਾਬੀ ਉਹ ਤਾਂ ਮੈਨੂੰ ਪਤਾ ਡਰਾਈਵਰ ਆ ਉਹ ਤਾਂ ਠੀਕ ਹੈ ਮੈਨੂੰ ਲੱਗ ਗਿਆ ਹੀ ਪਤਾ ਉਹਦੇ ਹੁਲੀਏ ਤੋਂ ਹਾਂ ਚਲ ਠੀਕ ਹੈ ਬਾਬੀ ਤੇ ਉਹ ਫਿਰ ਤੁਸੀਂ ਕਿਵੇਂ ਬਲੈਸ ਹੀ ਹੁਣ ਬਲਾਇਆ ਤੈਮੇ ਐ ਸੀਗਾ ਵੀ ਚੱਲ ਮੇਰੇ ਕੋ ਪੈਸੇ ਹੈਗੇ ਜਾਂ ਮੈਨੂੰ ਸੌਦਾ ਲਿਆ ਦੇ ਦੇ ਗਿਆ ਫਿਰ ਇੱਥੇ ਦਾ ਪੈਸੇ ਸੌਦਾ ਲਿਆ ਦੇ ਬਾਲੇ ਸਵਾਦ ਨਾਲ ਲਿਆ ਕਰ ਮਸਕਰੀਆਂ ਹੀ ਕਰਦਾ ਰਹਿਣਾ ਪੱਬੀ ਮੈਂ ਤੇ ਤੇਰਾ ਨਾ ਮਜ਼ਾਕ ਕਰਦਾ ਤੂੰ ਤਾਂ ਐਵੇਂ ਨਾ ਮੈਨੂੰ ਵੱਢ ਖਾਣ ਨੂੰ ਪੈਣੀ ਹੈ 24 ਘੰਟੇ ਮੈਂ ਤਾਂ ਵੈਸੇ ਮਜ਼ਾਕ ਕਰ ਲੈਂਦਾ ਚੰਗਾ ਜਾ ਲਿਆ ਦੇ ਜੱਸ ਜਾ ਕੇ ਸੌਦਾ ਮੈਨੂੰ ਠੀਕ ਹੈ ਪੱਬੀ ਤੇਰਾ ਬਸ ਵੱਢ ਖਾਣੇ ਪੈਤੀ ਰਹਿੰਦੀ ਆ ਕਿ ਕੀ ਆ ਜਾਂਦਾ ਮੈਨੂੰ ਟਿਚਰਾਂ ਕਰਨ ਨੂੰ ਦਸ ਮੈਂ ਕਿਸੇ ਦੇ ਘਰੋਂ ਲੈ ਕੇ ਖਾਨੀ ਆ ਮੇਰੀ ਮਰਜ਼ੀ ਮੈਂ ਜੋ ਮਰਜ਼ੀ ਕਰਾਂ ਲੈ ਬਈ ਸਵਾਦ ਹੀ ਲਿਆਤਾ ਉਸਤਾਦ ਨੇ ਨਵਾਂ ਟਰਾਲਾ ਪਾ ਕੇ ਦਾ ਰੂਹ ਖੁਸ਼ ਹੋ ਜਾਂਦੀ ਆ ਦੇਖ ਕੇ ਅੱਜ ਤਾਂ ਪਹਿਲਾ ਕਿਹੜਾ ਹੀ ਲਾਇਆ ਦੂਜਾ ਕਿਹੜਾ ਹੁਣ ਮੈਂ ਲੈ ਕੇ ਜਾਣੀ ਆ ਗੱਡੀ ਸੰਤਾ ਦੀ ਫੋਟੋ ਲਵਾ ਕੇ ਵੀ ਨਜ਼ਾਰਾ ਲਿਆਤਾ ਬਾਈ ਨੇ ਚਮਕਾ ਚਮਕਾ ਕੇ ਰੱਖਾਂਗਾ ਗੱਡੀ ਨੂੰ ਤਾਂ ਮੈਂ ਵਾਹਾਂ ਵੀ ਬਚੀ ਹੈ ਕਿੰਨਾ ਟਾਈਮ ਲੱਗੂਗਾ ਬਸ ਸਾਜੀ ਦਾ ਕੱਟੀ ਦਾ ਖਾਲੀ ਹੋ ਗਈ ਥੋੜੀ ਰਹਿ ਗਈ ਉਹ ਨਾਲੇ ਹੁਣ ਨਾ ਤੇਰਾ ਕੱਪੜਾ ਮਾਰਨ ਦਾ ਟਾਈਮ ਨਹੀਂ ਰਿਹਾ ਹੁਣ ਤੂੰ ਡਰਾਈਵਰ ਬਣ ਗਿਆ ਡਰਾਈਵਰ ਠੀਕ ਹੈ ਉਸਤਾਦ ਜੀ ਨਾਲੇ ਹੁਣ ਐ ਕਰੀ ਮੈਨੂੰ ਤਾਂ ਕੰਮ ਹੈ ਘਰੇ ਅੱਛਾ ਤੇ ਤੂੰ ਨਾ ਗੱਡੀ ਲੈ ਕੇ ਇਕੱਲਾ ਹੀ ਜਾਈ ਉਸਤਾਦ ਜੀ ਮੈਨੂੰ ਇਕੱਲੇ ਨੂੰ ਕਿੱਥੇ ਚਲਾਉਣੀ ਆਉਂਦੀ ਐ ਉਹ ਤੇਰੇ ਨਾਲ ਕੋਈ ਬੰਦਾ ਹੋਰ ਭੇਜ ਦਾਂਗੇ ਤੇ ਹੁਣ ਮੈਨ ਨਾਲੇ ਤੈਨੂੰ ਯਕੀਨ ਆ ਗਿਆ ਮੈਨੂੰ ਤੇਰੇ ਤੇ ਹਾਂ ਉਸਤਾਦ ਜੀ ਐਵੇਂ ਤਾਂ ਗੱਡੀ ਚਲਾ ਲਾਂਗਾ ਮੈਂ ਹਾਂ ਤੂੰ ਚਲਾਏਂਗਾ ਵਧੀਆ ਚਲਾਏਂਗਾ ਮੈਨੂੰ ਭਰੋਸਾ ਹੈ ਤੇਰੇ ਤੇ ਠੀਕ ਹੈ ਉਸਤਾਦ ਜੀ ਤੁਸੀਂ ਇੱਕ ਵਾਰ ਮਿਲ ਕੇ ਆ ਜਾਓ ਆਪਾਂ ਦੋਵੇਂ ਚੱਲਾਂਗੇ ਨਹੀਂ ਮੈਨੂੰ ਦੋ ਤਿੰਨ ਦਿਨ ਕੰਮ ਹੈ ਆਇਆ ਨਹੀਂ ਜਾਣਾ ਮੇਰੇ ਤੋਂ ਅੱਛਾ ਠੀਕ ਹੈ ਲੈ ਮੈਨੂੰ ਬੈਗ ਫੜਾ ਫਿਰ ਮੇਰਾ ਠੀਕ ਹੈ ਉਸਤਾਦ ਜੀ ਮੈਂ ਸਾਰੇ ਕੱਪੜੇ ਪਾਤੇ ਜੀ ਤੁਹਾਡੇ ਵਿੱਚ ਆ ਅੱਛਾ ਅੱਛਾ ਵਾਹ ਲਓ ਜੀ ਚੱਲ ਆਇਆ ਕਰੀ ਜੱਡੀ ਖਾਲੀ ਹੋ ਜਾਂਦੀ ਆ ਨਾ ਲੈ ਜੀ ਠੀਕ ਹੈ ਉਸਤਾਦ ਜੀ ਫਿਕਰ ਨਾ ਕਰਿਓ ਠੀਕ ਹੈ ਠੀਕ ਹੈ ਠੀਕ ਹੈ ਹੈ ਬਈ ਅੱਜ ਤੋਂ ਮੈਂ ਤਾਂ ਬਣ ਗਿਆ ਡਰਾਈਵਰ ਉਹ ਵੀ ਘੋੜੇ ਦਾ ਗੱਲ ਬਣ ਗਈ ਪਹਿਲਾਂ ਤਾਂ ਉਸਤਾਦ ਨਿਮਤ ਚ ਬਾਰਡਰ ਤੇ ਮੈਨੂੰ ਜਾਣ ਨਹੀਂ ਦਿੰਦਾ ਸੀ ਇਕੱਲਾ ਇਕੱਲਾ ਜਾਂਦਾ ਸੀ ਐਸੇ ਵਾਰ ਤਾਂ ਮੈਂ ਵੀ ਜਾਵਾਂਗਾ ਮਾਰ ਕੱਪੜਾ ਕੱਪੜਾ ਦਾ ਚਲ ਬੱਚੀ ਮਾਰੇਗਾ ਹੁਣ ਨਵਾਂ ਬੱਚੀ ਰੱਖਦੇ ਆ ਲੈ ਬਈ ਨਜ਼ਾਰਾ ਹੀ ਆ ਗਿਆ ਆ ਗਿਆ ਜੀ ਤੁਸੀਂ ਹਾਂ ਆ ਗਿਆ ਹੋਰ ਸੁਣਾ ਠੀਕ ਆ ਹਾਂ ਠੀਕ ਆ ਵਧੀਆ ਤੁਸੀਂ ਦੱਸੋ ਮੁੰਡਾ ਮੁੰਡਾ ਤੇ ਉੱਥੇ ਹੀ ਆ ਪਟਿਆਲੇ ਅੱਛਾ ਮੈਂ ਉਹਨਾਂ ਤੁਹਾਨੂੰ ਜਾਣ ਨਹੀਂ ਦੇਣਾ ਹੁਣ ਨਾ ਜਾਇਆ ਜੇ ਗੱਡੀ ਤੇ ਉਹ ਹੁਣ ਕਿੱਥੇ ਜਾਣਾ ਮੈਂ ਤਾਂ ਪੱਕਾ ਹੀ ਆ ਗਿਆ ਦੇਖ ਕੱਪੜਾ ਲੀੜਾ ਆਪਦਾ ਲੈ ਆਣ ਨਾਲ ਹੀ ਹੁਣ ਤਾਂ ਮੈਂ ਇੱਥੇ ਹੀ ਰਹੂੰਗਾ ਤੇਰੇ ਕੋਲ ਅੱਛਾ ਤੇ ਗੱਡੀ ਕੌਣ ਚਲਾਇਆ ਕਰੂ ਉਹ ਗੱਡੀ ਮੈਂ ਬਚੀ ਨੂੰ ਸਿਖਾਤੀ ਹਾਂ ਹਾਂ ਹੋਰ ਟ੍ਰੇਨ ਕਰਤਾ ਫੁੱਲ ਹੁਣ ਤਾਂ ਵਧੀਆ ਗੇੜੇ ਲਾਉਂਦਾ ਉਹ ਚਲੋ ਫਿਰ ਤਾਂ ਵਧੀਆ ਆ ਕਮਾ ਕੇ ਵੀ ਲਿਆ ਕੇ ਦਿਆ ਕਰੂ ਕੁਛ ਕੇ ਨਹੀਂ ਕਮਾ ਕੇ ਵੀ ਲਿਆਊਗਾ ਜਦੋਂ ਗੀੜਾ ਲੈ ਕੇ ਜਾਊਗਾ ਤਾਂ ਕਮਾਊਗਾ ਵੀ ਅੱਛਾ ਫੇਰ ਠੀਕ ਆ ਉਹਦੇ ਨਾਲ ਕੋਈ ਜਵਾਗ ਜਾ ਕਰ ਲਾਂਗੇ ਹੈਲਪਰ ਅੱਛਾ ਫੇਰ ਠੀਕ ਆ ਤੇ ਅੱਛਾ ਮੇਰੀ ਗੱਲ ਸੁਣੋ ਵੀ ਤੁਸੀਂ ਆਏ ਤਾਂ ਹੈ ਕੋਈ ਘਰ ਵਾਲਾ ਮੰਗਰ ਤਾਂ ਨਹੀਂ ਆਉਂਦਾ ਤੁਹਾਡੇ ਘਰ ਵਾਲਿਆਂ ਨਾਲ ਕੋਈ ਮੇਰਾ ਲਾਗਾ ਦੇਗਾ ਨਹੀਂ ਹੁਣ ਹੁਣ ਤਾਂ ਸਾਰਾ ਕੁਝ ਤੇਰੇ ਕੋਲ ਹੀ ਆ ਅੱਛਾ ਹੁਣ ਨਹੀਂ ਜਾਣਾ ਮੈਂ ਤੈਨੂੰ ਛੱਡ ਕੇ ਤੂੰ ਕਹਿੰਦੀ ਸੀ ਛੱਡ ਨਾ ਜਾਈ ਛੱਡ ਨਾ ਜਾਈ ਨਹੀਂ ਫਿਰ ਤਾਂ ਠੀਕ ਆ ਮੈਨੂੰ ਡਰ ਜਾ ਲੱਗਦਾ ਸੀ ਮੈਂ ਕਿਤੇ ਮੰਗਰੀ ਨਾ ਆ ਜਾਣ ਕੋਈ ਕੋਈ ਨਹੀਂ ਆਉਂਦਾ ਮੈਂ ਤਾਂ ਤਿਆਗਦਾ ਸਭ ਕੁਝ ਤੇਰੇ ਪਿੱਛੇ ਚੱਲ ਫਿਰ ਠੀਕ ਆ ਚਲੋ ਫਿਰ ਮੈਂ ਚਾਹ ਪਾਣੀ ਬਣਾਉਣੀ ਆ ਤੁਸੀਂ ਬੈਠੋ ਠੀਕ ਆ ਲੈ ਵਿਜੈ ਲਿਆ ਹੁਣ ਆਊਗਾ ਜ਼ਿੰਦਗੀ ਜਿਉਣ ਦਾ ਨਜ਼ਾਰਾ ਗੱਡੀ ਦੇ ਮਾਲਕ ਬਣਾਦਾ ਆਪਾਂ ਨੂੰ ਪ੍ਰਮਾਤਮਾ ਨੇ ਬੱਚੀ ਨੂੰ ਭੇਜ ਦਿਆ ਕਰਾਂਗੇ ਬਾਹਰ ਗੱਡੀ ਲੈ ਕੇ ਤੇ ਤੂੰ ਤੂੰ ਇੱਥੇ ਲੋਕਾਂ ਨਾਲ ਗੱਡੀ ਚਲਾਇਆ ਕਰੀ ਨਾਲੇ ਮਿੱਤਰੋ ਕੀ ਯਾਦ ਰੱਖੂਗੀ ਕਿ ਮੇਰਾ ਸਾਥ ਨਹੀਂ ਨਿਭਾਇਆ ਜੈਲਾਇ ਡੱਦ ਦਿਲ ਦਾ ਮਾੜਾ ਨਹੀਂ ਜੇ ਵਾਅਦਾ ਕਰਦਾ ਨਾ ਤੇ ਪੂਰਵੀ ਚਾੜਦਾ ਲੈ ਇੱਥੇ ਇਕੱਲੇ ਗੱਲਾਂ ਮਾਰੀ ਜਾਂਦੇ ਹੋ ਅੰਦਰ ਆ ਜਾਓ ਉਹਨ ਦਰਵੀ ਮਤਾ ਆਈਆਂ ਉਹ ਗਾ ਜਿ ਬੁਲਾਏਗੀ ਲੈ ਦੱਸ ਬੁਲਾਉਣ ਤਾਂ ਆਈਆਂ ਆਜੋ ਉਹ ਐ ਬਿਨਾ ਬੁਲਾਏ ਜੇਲਾ ਅੰਦਰ ਨਹੀਂ ਹੁੰਦਾ ਹੁੰਦਾ ਲੈ ਦੱਸ ਹੁਣੇ ਤੁਹਾਡਾ ਹੀ ਘਰ ਹੈ ਉਹਨ ਤੁਹਾਨੂੰ ਕਹਿ ਕੇ ਕਿ ਥੋੜਾ ਅੰਦਰ ਲਿਆਉਣਾ ਪਿਆ ਕਰੂਗਾ ਚਲੋ ਉਹ ਤਾਂ ਮੈਨੂੰ ਪਤਾ ਹੀ ਆ ਹੁਣ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਿੰਘ ਤੁਹਾਡਾ ਨਾਮ ਹੈ ਜੀ ਹਾਂਜੀ ਹਾਂਜੀ ਮਾਜੀ ਬੈਂਕ ਵੱਲੋਂ ਆਇਆ ਸੀ। ਅੱਛਾ ਜੀ। ਉਹ ਜਿਹੜਾ ਤੁਸੀਂ ਲੋਨ ਕਰਾਇਆ ਉਹ ਕਿਸ਼ਤਾਂ ਨਹੀਂ ਭਰਦੇ। ਉਹ ਭਰ ਦਾਂਗੇ ਜੀ ਬਸ ਨਾ ਥੋੜੀ ਜਿਹੀ ਮਜਬੂਰੀ ਜੀ ਹੋ ਗਈ ਸੀ ਤਾਂ ਕਰਕੇ ਜੀ। ਗੱਲ ਸੁਣੋ ਜੀ ਤੁਹਾਡੀਆਂ ਦੋ ਕਿਸ਼ਤਾਂ ਪਹਿਲਾਂ ਟੁੱਟ ਗਈਆਂ ਆ ਤੀਜੀ ਕਿਸ਼ਤ ਹੋਣ ਆ ਗਈ। 1 ਲੱਖ 25000 1 ਲੱਖ 25000 ਹੋ ਗਿਆ। ਜੇ ਤੁਸੀਂ ਨਹੀਂ ਭਰਦੇ ਬੈਂਕ ਤੁਹਾਡੀ ਜ਼ਮੀਨ ਦੀ ਨਿਲਾਮੀ ਕਰੇਗਾ। ਫਿਰ ਕੋਈ ਫਾਇਦਾ ਨਹੀਂ। ਨਾ ਵੀਰੇ ਕੋਈ ਰਾਹਤ ਨਹੀਂ ਹੋ ਸਕਦੀ ਜੀ। ਭਾਈ ਰਹਿਤ ਤਾਂ ਹੁਣ ਜੇ ਸਰਕਾਰ ਵੱਲੋਂ ਕੁਝ ਆਇਆ ਤਾਂ ਮਿਲ ਜੇਗੀ ਬਾਕੀ ਤਾਂ ਤੁਹਾਨੂੰ ਭਰਨੇ ਪੈਣਗੇ ਕੋਈ ਗੱਲ ਨਹੀਂ ਵੀਰੇ ਉਹ ਵੱਡਾ ਭਾਈ ਆ ਜਾਂਦਾ ਨਾ ਜੀ ਸਾਨੂੰ ਕੁਝ ਦਿਨ ਦਾ ਟਾਈਮ ਦੇ ਦਿਓ ਜੀ ਕਰਦੇ ਹਾਂ ਹਿੱਲਾ ਫਿਰ ਜੀ ਹਾਂ ਤੇ ਬੈਂਕ ਆ ਕੇ ਕਿਹੜਾ ਜ਼ਰੂਰ ਮਾਰਿਓ ਠੀਕ ਹੈ ਠੀਕ ਹੈ ਭਾਈ ਜੀ ਨਾ ਤੁਸੀਂ ਫੋਨ ਚੈੱਕ ਕਰੇ ਨਾ ਤੁਸੀਂ ਬੈਂਕ ਆ ਰਹੇ ਕੋਈ ਗੱਲ ਨਹੀਂ ਭਾਈ ਜੀ ਆ ਜਾਾਂਗੇ ਜੀ ਹਾਂ ਹਾਂ ਸਾਨੂੰ ਬਸ ਥੋੜੇ ਦਿਨਾਂ ਦਾ ਟਾਈਮ ਦੇ ਦਿਓ ਜੀ ਠੀਕ ਹੈ ਓਕੇ ਫੱਡਾ ਭਾਈ ਪਤਾ ਨਹੀਂ ਕਿੱਥੇ ਲੰਘ ਗਿਆ ਨਾ ਤਾਂ ਉਹਦਾ ਫੋਨ ਲੱਗਦਾ ਤੰਤਰ ਨੇ ਨਾ ਜਾਣ ਸੂਲੀ ਦੇ ਡੰਗ ਤੇ ਮੈਨੂੰ ਵਸਾ ਕੇ ਟੁੱਟ ਗਿਆ ਟਰਾਲੇ ਦੇ ਚੱਕਰ 'ਚ ਚਲੋ ਪਤਾ ਕਰਦਾ ਜਾ ਕੇ ਕਿਸੇ ਨਾ ਕਿਸੇ ਤੋਂ ਵੀ ਨੰਬਰ ਕਿਉਂ ਨਹੀਂ ਲੱਗਦਾ ਉਹਦਾ ਜੀ ਮੇਰੀ ਗੱਲ ਸੁਣੋ ਮੁੰਡੇ ਦਾ ਨਾ ਫੋਨ ਆਇਆ ਸੀਗਾ ਉਹਨੂੰ ਨਾ ਪੈਸਿਆਂ ਦੀ ਲੋੜ ਏ ਕੋਈ ਗੱਲ ਨਹੀਂ ਮੈਂ ਨਾ ਬਚੀ ਨੂੰ ਫੋਨ ਕੀਤਾ ਸੀ ਹਾਂ ਉਹ ਆਉਂਦਾ ਹੀ ਆਵਾ ਇੱਕ ਅੱਧੇ ਦਿਨ 'ਚ ਤੇ ਕੋਈ ਗੱਲ ਨਹੀਂ ਪੈਸੇ ਦੇ ਦਾਂਗੇ ਠੀਕ ਆ ਨਾਲੇ ਨਾ ਮੈਂ ਇੱਕ ਗੱਲ ਹੋਰ ਕਰਨੀ ਆ ਕੀ ਦੱਸੋ ਆਪਣੀਆਂ ਅੰਡ ਨਗਵੰਨਣਾ ਸਾਰੀਆਂ ਹੀ ਗੱਲਾਂ ਕਰਦੀਆਂ ਵੀ ਤੇਰੇ ਪੱਲੇ ਕੀ ਆ ਐਨੇ ਇੱਕ ਦਿਨ ਤੈਨੂੰ ਛੱਡ ਕੇ ਚਲੇ ਜਾਣਾ ਵਾ ਕੀ ਗੱਲ ਤੈਨੂੰ ਤੇਰੇ ਜੇਲੇ ਤੇ ਯਕੀਨ ਨਹੀਂਗਾ ਯਕੀਨ ਤੇ ਹੈਗਾ ਪਰ ਮੈਂ ਨਾ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਨਾ ਗੱਡੀ ਮੇਰੇ ਨਾਲ ਲਵਾ ਦੋ ਨਾਲੇ ਤੁਹਾਨੂੰ ਪਤਾ ਜਨਾਨੀਆਂ ਦੇ ਨਾਂ ਲੱਗੀ ਚੀਜ਼ ਬਰਕਤ ਪੈਂਦੀ ਆ ਉਹ ਕਾ ਨੂੰ ਵਹਿਮ ਕਰਦੀ ਹੁੰਨੀ ਆ ਤੂੰ ਮੇਰੇ ਨਾਂ ਹੋਈ ਕਿ ਤੇਰੇ ਨਾਂ ਹੋਈ ਗੱਲ ਤਾਂ ਇੱਕੋ ਹੀ ਆ ਤੇ ਫੇਰ ਕੀ ਹੁੰਦਾ ਤੁਹਾਡੇ ਨਾਂ ਹੋਈ ਕਿ ਮੇਰੇ ਨਾਂ ਹੋਈ ਤੁਸੀਂ ਕਰਾ ਦੋ ਹਾਂ ਮੇਰੇ ਨਾਂ ਗੱਡੀ ਤੂੰ ਚਲ ਕੋਈ ਨਹੀਂ ਫਿਰ ਜੇ ਤੈਨੂੰ ਇਹ ਵਹਿਮ ਹੈ ਨਾ ਆਪਾਂ ਸਵੇਰੇ ਤਹਿਸੀਲੇ ਜਾ ਕੇ ਗੱਡੀ ਤੇਰੇ ਨਾਂ ਕਰਾ ਦਾਂਗੇ ਠੀਕ ਆ ਹਾਂ ਹੋ ਲੈ ਉਹ ਬੱਚੀ ਵੀ ਆ ਹੀ ਗਿਆ ਸਤ ਜੀ ਪੈਰੀ ਪੈਣਾ ਸੱਸਰੀ ਕਾਲ ਜੀ ਵਾਹ ਬੱਚੀ ਕਿੱਦਾਂ ਰਿਹਾ ਸਫਰ ਵਧੀਆ ਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਸਫਰ ਤਾਂ ਬਹੁਤ ਵਧੀਆ ਰਿਹਾ ਜੀ ਸਾਸਰੀ ਘਰ ਬਾਬੀ ਸਾਸਰੀ ਘਰ ਸਾਸਰੀ ਘਰ ਆ ਵੇਖ ਲੈ ਮੋਟਾ ਹੋ ਗਿਆ ਹੁਣ ਪੈਦਾ ਨਾਲੋਂ ਹੈ ਓਸਤਾਦ ਜੀ ਵਾਸਤੋਂ ਨੂੰ ਪਤਾ ਹੈ ਹੁਣ ਤੁਸੀਂ ਤੇ ਨਾਲ ਹੁੰਦੀ ਨਹੀਂ ਮੈਂ ਪਨੀਰ ਨਾਲ ਰੋਟੀ ਖਾਣ ਲੱਗ ਗਿਆ ਓ ਚੱਲ ਕੋਈ ਨਹੀਂ ਖਾਇਆ ਕਰ ਖੁੱਲਾ ਖਾਇਆ ਕਰ ਨਜ਼ਾਰੇ ਲੈ ਤੂੰ ਵੀ ਓਸਤਾਦ ਜੀ ਬਾਬੂ ਨੇ ਨਾ ਨਾ ਕਿਤੇ ਪੈਸੇ ਨਹੀਂ ਦਿੱਤੇ ਐ ਸਵਾਰ ਚੈੱਕ ਦਿੱਤਾ ਅੱਛਾ ਹਾਂ ਚੈੱਕ ਲਾ ਲਿਓ ਤੁਸੀਂ ਤੁਹਾਡੇ ਖਾਤੇ 'ਚ ਲੱਗੇਗਾ 2 ਲੱਖ ਰੁਪਏ ਦਾ ਉਹ ਓਰੇ ਫੜਾ ਮੁੰਡੇ ਨੂੰ ਲੋੜ ਹੈ ਉਹਦਾ ਅੱਜ ਹੀ ਫੋਨ ਆਇਆ ਸੀਗਾ ਉਹਨੂੰ ਦੇਵਾਂਗੀ ਮੈਂ ਉਹ ਚੱਲ ਉਹਨੂੰ ਤਾਂ ਦੇ ਦੇਂਗੀ ਇੰਨੇ ਪੈਸੇ ਨਾ ਤੂੰ ਕਰਨਾ ਵੀ ਕੀ ਹੈ ਤੇ ਉਹਨੂੰ ਜਵਾਕ ਨੂੰ ਜ਼ਰੂਰ ਤੇ ਉਹਨੇ ਅੱਜ ਹੀ ਫੋਨ ਕੀਤਾ ਸੀਗਾ ਉਹ ਮੈਨੂੰ ਕਹਿੰਦਾ ਵੀ ਸੀ ਮੰਮੀ ਮੈਨੂੰ ਪੈਸੇ ਵੱਧ ਚਾਹੀਦੇ ਨੇ ਉਸਤਾਦ ਜੀ ਜਿਹੜੇ ਪੰਪ ਤੋਂ ਮੈਂ ਤੇਲ ਪਵਾਉਣਾ ਨਗਰੇ ਵਾਲਿਆਂ ਤੋਂ ਉਹਨਾਂ ਦੇ ਵੀ ਦੇਣੇ ਨੇ ਅੱਛਾ ਚੱਲ ਕੋਈ ਨਹੀਂ ਫਿਰ ਉਹਦੇ ਵੀ ਦੇ ਦਾਂਗੇ ਆਪਾਂ ਤੇ ਹੋਰ ਚਾਹ ਪਾਣੀ ਆਹ ਚਾਹ ਪਾਣੀ ਵਾਠ ਠੀਕ ਹੈ ਮੈਂ ਬਸ ਗੱਡੀ ਧਵਾਣ ਲੱਗਿਆ ਸੀ ਤੇ ਤੁਸੀਂ ਵੀ ਕਿਹੜਾ ਮਾਰੋ ਇੱਕ ਦਿਨ ਕਿਹੜਾ ਮੇਰੇ ਨਾਲ ਲਵਾਓ ਉਸਤਾਦ ਜੀ ਉਹ ਚੱਲ ਕੋਈ ਨਹੀਂ ਚੱਲਾਂਗੇ ਆਪਾਂ ਤੇ ਨਾਲੇ ਥੋੜਾ ਬਹੁਤਾ ਲੈ ਆਉਂਦਾ ਕੁਛ ਹਾਂ ਉਸਤਾਦ ਜੀ ਆਜੋ ਪੰਪ ਤੇ ਹੀ ਲਾਈ ਹੋਈ ਹੈ ਗੱਡੀ ਅੱਛਾ ਲੈ ਜਾਓ ਮਾਲ ਪਿਆਏ ਤੁਹਾਡੇ ਵਾਸਤੇ ਚਲ ਆ ਚਲੀਏ ਆਜਾ ਉਸਤਾਦ ਜੀ ਇੱਕ ਗੱਲ ਕਹਾਂ ਜੀ ਹਾਂ ਹਾਂ ਦੱਸ ਤੁਸੀਂ ਭਾਬੀ ਨੂੰ 2 ਲੱਖ ਮਿੰਟ ਕੀ ਦੇ ਦਿੱਤਾ ਤੇ ਫਿਰ ਕਿਸਤ ਕਿਵੇਂ ਗੱਡੀ ਦੀ ਭਰੋਗੇ ਤੁਸੀਂ ਉਹ ਕੋਈ ਗੱਲ ਨਹੀਂ ਦਰਸ਼ਨ ਆਪੇ ਭਰ ਦਰੂਗਾ ਤੂੰ ਕਿਉਂ ਚਿੰਤਾ ਕਰਦਾ ਹੈ ਸਤਾਜੀ ਉਹ ਤਾਂ ਠੀਕ ਹੈ ਮੈਨੂੰ ਇਹ ਗੱਲ ਦਾ ਡਰ ਲੱਗਦਾ ਹੈ ਕਿ ਤੁਸੀਂ ਗਲਤ ਚੱਕਰ 'ਚ ਤਾਂ ਨਹੀਂ ਪੈ ਗਏ ਉਹ ਨਹੀਂ ਨਹੀਂ ਤੂੰ ਜ਼ਿਆਦਾ ਨਾ ਸੋਚਿਆ ਕਰ ਉਹ ਨਲੇ ਤੂੰ ਹੈਗਾ ਕਮਾਨ ਵਾਲਾ ਤੂੰ ਅਗਲੇ ਮਹੀਨੇ ਭਰ ਦਾਂਗੇ ਆਪਾਂ ਅਗਲੇ ਚੱਕਰ 'ਚ ਭਰ ਦਾਂਗੇ ਕਿਸ਼ਤ ਸਤਾਜੀ ਮੈਂ ਨਾ ਤੁਹਾਨੂੰ ਆਪਣਾ ਪਿਓ ਹੀ ਸਮਝਦਾ ਮੈਨੂੰ ਡਰ ਲੱਗਦਾ ਹੈ ਕਿ ਤੁਸੀਂ ਗਲਤ ਚੱਕਰ 'ਚ ਨਾ ਫਸ ਜਿਓ ਉਹ ਨਹੀਂ ਨਹੀਂ ਇੰਨਾ ਨਾ ਸੋਚਿਆ ਕਰ ਤੂੰ ਨਾਲੇ ਮਾਲਬੂਰ ਘੱਟ ਖਾਇਆ ਕਰ ਗੱਡੀ ਚ ਲਾਉਣਾ ਤੂੰ ਇਹ ਪੁੱਠੇ ਚੱਕਰਾਂ ਚ ਨਾ ਪੈ ਜੀ ਕਿਤੇ ਠੀਕ ਹੈ ਟੇਗਾ ਉਸਤਾਦ ਜੀ ਮੈਂ ਤਾਂ ਛੋਟਾ ਜਿਹਾ ਘਾਟ ਮਾਰਦਾ ਨਾਲੇ ਇਹਦੇ ਚ ਕੁਛ ਨਹੀਂ ਤਰਿਆ ਕੀ ਪਿਆ ਇਹਦੇ ਚ ਠੀਕ ਹੈ ਜੀ ਹਾਂ ਚਲ ਆਪਾਂ ਦੇਖਦੇ ਆਂ ਫਿਰ ਗੱਡੀ ਹੈ ਠੀਕ ਭਾਈ ਜੀ ਤੰਦਰ ਪਤਾ ਨਹੀਂ ਕਿੱਥੇ ਲੰਘ ਗਿਆ ਕਈ ਮਹੀਨੇ ਹੋ ਗਏ ਸੁਰਖਬਰ ਨਹੀਂ ਇਹਦੀ ਤਾਂ ਉਧਰੋਂ ਬੈਂਕ ਵਾਲਾਂ ਨੇ ਜਾਣ ਖਾਦੀ ਐ ਜੀ ਤਾਂ ਕਰਦਾ ਕੁਝ ਖਾ ਕੇ ਮਰ ਜਾ ਪਰ ਫਿਰ ਘਰ ਵਾਲਿਆਂ ਦਾ ਕੀ ਬਣੂਗਾ ਇਹ ਤਾਂ ਜਿਹੇ ਜਿਹਾ ਮਲੰਗ ਨਿਕਲਣਾ ਸੀ ਨਿਕਲ ਗਿਆ ਮੈਨੂੰ ਤਾਂ ਸਾਹਮਣੇ ਹੀ ਪੈਣਗੇ ਕਰਦੇ ਚਲ ਬੱਚੀ ਦੇ ਘਰੋਂ ਜਾ ਕੇ ਬੱਚੀ ਦਾ ਨੰਬਰ ਲੈਣਾ ਇਹ ਤਾਂ ਪਤਾ ਨਹੀਂ ਨੰਬਰ ਬੰਦ ਕਰੀ ਬੈਠਾ ਹੈ ਸ਼ਾਇਦ ਗੱਲ ਹੋ ਜੇ ਉਹਦੇ ਨਾਲ ਕਿਤੇ ਬੱਚੀ ਤੂੰ ਇੱਥੇ हां भाई की हो गया ते गड्डी ਤੇ ਨਹੀਂ ਗਿਆ ਤੂੰ हां ਗੱਡੀ ਤੋਂ ਭਾਈ 10 ਦਿਨ ਹੋ ਗਏ ਆ ਇਹਨੂੰ ਤੇ ਨਾਲੇ ਤੇਰਾ ਉਸਤਾਦ ਕਿੱਥੇ ਐ ਉਸਤਾਦ ਤਾਂ ਭਾਈ ਤੁਹਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਕਿਹੜੀ ਗੱਲ ਦਾ ਉਸਤਾਦ ਨੇ ਤਾਂ ਭਾਈ 10 ਦਿਨ ਹੋ ਗਏ ਗੱਡੀ ਵੇਚ ਦਿੱਤੀ ਗੱਡੀ ਵੇਚਤੀ हां भाई ਕਿਉਂ ਇਹ ਨਹੀਂ ਗੱਲ ਦਾ ਪਤਾ ਮੈਨੂੰ ਭਾਈ ਕਿਉਂ ਵੇਚੀ ਐ ਮੈਂ ਤਾਂ ਆਪ ਘਰ ਵਿੱਲਾ ਬਈ 10 ਦਿਨ ਹੋ ਗਏ ਗੱਡੀ ਵਿਕੀ ਨੂੰ ਬਈ ਮੈਂ ਤਾਂ ਘਰੇ ਆ ਹੁਣ ਕਿਸੇ ਹੋਰ ਡਰਾਈਵਰ ਨੂੰ ਪੁੱਛਦਾ ਕੰਮ ਲੱਗਣਾ ਐ ਮੈਂ ਵੀ ਚੱਲ ਜੀ ਗੱਡੀ ਤਾਂ ਵੇਚਤੀ ਤੇਰਾ ਉਸਤਾਦ ਕਿੱਥੇ ਐ ਫਿਰ ਉਹ ਤਾਂ ਘਰੇ ਵੀ ਨਹੀਂ ਆਇਆ ਕਿੰਨੇ ਮਹੀਨੇ ਹੋ ਗਏ ਉਹ ਬਾਈ ਤੂੰ ਨੂੰ ਜਮਾ ਵੀ ਕਿਸੇ ਗੱਲ ਦਾ ਨਹੀਂ ਪਤਾ ਨਾ ਬਾਈ ਉਹ ਬਾਈ ਨਾਲ ਦਾ ਪਿੰਡ ਨਹੀਂ ਹੈਗਾ ਤੁਹਾਡੇ ਉੱਥੇ ਇੱਕ ਜਨਾਨੀ ਐ ਉਹਦੇ ਘਰੇ ਰਹਿੰਦਾ ਬਈ ਮੈਂ ਇੱਕ ਵਾਰ ਜਾ ਕੇ ਆਇਆ ਸੀ ਉਹਦੇ ਘਰ ਉਸਤਾਦ ਨਾਲ ਹੀ ਗਿਆ ਸੀ ਤੇ ਇੱਕ ਵਾਰ ਬਾਦਚ ਵੀ ਗਿਆ ਮੈਂ ਪੈਸੇ ਫੜਾਣ ਗਿਆ ਸੀ 2 ਲੱਖ ਰੁਪਿਆ 2 ਲੱਖ ਹਾਂ ਉਹਨੂੰ ਫੜਾ ਕੇ ਆ ਜਿਹੜਾ ਗੇੜੇ ਤੋਂ ਕਮਾ ਕੇ ਲਿਆਇਆ ਸੀ ਮੈਂ ਹੁਣ ਤਾਂ ਬਾਈ ਉਹਨੇ ਗੱਡੀ ਵੇਚ ਤੀ ਮੈਨੂੰ ਐਸ ਵੀ ਘਰ ਪਤਾ ਹੋਣਾ ਬਸ ਤਾਂ ਕਰਕੇ ਮੈਂ ਵੀ ਨਹੀਂ ਆ ਮੈਂ ਤਾਂ ਹੋਰ ਡਰਾਈਵਰ ਦਾ ਪਤਾ ਕਰਦਾ ਸੀ ਮੈਂ ਤਾਂ ਸ਼ਤਰਾਣੀ ਅੱਡੇ ਵਾਲਾ ਬਾਈ ਬੱਗਾ ਨਹੀਂ ਹੈਗਾ ਮੈਂ ਤਾਂ ਉਹਦੇ ਨਾਲ ਲੱਗਣ ਲੱਗਿਆ ਹੁਣ ਗੱਡੀ ਤੇ ਸਾਨੂੰ ਕਿੱਥੇ ਕਿਸੇ ਗੱਲ ਦਾ ਪਤਾ ਹੈ ਸਾਨੂੰ ਤਾਂ ਬੈਂਕ ਤੇ ਲੋਨ ਕਰਾ ਕੇ ਨਹੀਂ ਦਿੱਤੀ ਸੀ ਉਹਨੂੰ ਗੱਡੀ ਦਾ ਡਿਮਾਂਸ ਭਰਨ ਵਾਸਤੇ ਸਾਡੀ ਤਾਂ ਬੈਂਕ ਵਾਲੇ ਨੇ ਜਾਣ ਖਾਦੀ ਹੋਈ ਐ ਉਹ ਬਾਈ ਮੁਜਨਾਨੀ ਨਹੀਂ ਕਰਾਇਆ ਸਾਰਾ ਕੁਝ ਉਸਤਾਦ ਨੂੰ ਵਾਦੂ ਸਮਝਾਉਂਦਾ ਰਿਆਂ ਮੇਰੀ ਵੀ ਨਹੀਂ ਸੁਣੀ ਉਹਨੇ ਇੱਕ ਗੱਲ ਵੀ ਆ ਜਾ ਬਾਈ ਕਰ ਚਾਹ ਪਾਣੀ ਪੀ ਲੈਂਦੇ ਬਸ ਬਾਈ ਚਾਹ ਪਾਣੀ ਕਿੱਥੇ ਸਾਨੂੰ ਤਾਂ ਐ ਸੀ ਵੀ ਕਿਤੇ ਕੋਈ ਲੰਮਾ ਘੇੜਾ ਲੈ ਕੇ ਲੰਘ ਗਿਆ ਹੋਣਾ ਵੀ ਚੱਲ ਵਾਦ ਕਮਾ ਕੇ ਲਿਆਉਂਗਾ ਸਾਨੂੰ ਕੀ ਪਤਾ ਸੀ ਵੀ ਆਹ ਚੰਦ ਚਾੜੀ ਬੈਠਾ ਉਹ ਉਹ ਬਾਈ ਉਹ ਇੱਕ ਵਾਰੀ ਘੇੜੇ ਤੇ ਗਿਆ ਮੇਰੇ ਨਾਲ ਪਹਿਲੇ ਘੇੜੇ ਤੇ ਬਾਕੀ ਚਾਰ ਪੰਜ ਗੇੜੇ ਤਾਂ ਮੈਂ ਕੱਲੇ ਨਹੀਂ ਲਾਏ ਨੇ ਹੋ ਨਹੀਂ ਗਿਆ ਬਾਅਦ ਚ ਮੁੜ ਕੇ ਮੈਨੂੰ ਤਾਂ ਐ ਸੀ ਵੀ ਉਹ ਘਰ ਹੋਣਾ ਤੇ ਅੱਛੇ ਦੱਸ ਬਾਈ ਉਹਦਾ ਘਰ ਕਿੱਥੇ ਜਿਹੜੀ ਤੇ ਜਨਾਨੀ ਕਹਿੰਦਾ ਗਈ ਹੁਣ ਬਸ ਉਸਤਾਦ ਕੁੱਟੇਗਾ ਮੈਨੂੰ ਜੇ ਦੱਸਾਂਗਾ ਬਾਈ ਹੋਰ ਕਿਸੇ ਨੂੰ ਪੁੱਛ ਲਈ ਯਾਰ ਮੈਨੂੰ ਕੁੱਟੇਗਾ ਉਸਤਾਦ ਕੰਨੂ ਬਚੀ ਤੈਨੂੰ ਪਤਾ ਹੈ ਸਾਡਾ ਨੁਕਸਾਨ ਤਾਂ ਬਹੁਤ ਹੋ ਗਿਆ ਪਰ ਘੱਟੂ ਘੱਟ ਮੈਨੂੰ ਰਾਹ ਤਾਂ ਪਾ ਦੇ ਕੋਈ ਮੈਂ ਉਹਦੇ ਕੋਲ ਜਾ ਤਾਂ ਆਵਾਂ ਚੱਲ ਬਾਈ ਮੈਂ ਤੇਰੇ ਨਾਲ ਹੀ ਚੱਲਦਾ ਆ ਜਾ ਕੀ ਕਰੀਏ ਯਾਰ ਸਮਝ ਨਹੀਂ ਆਉਂਦੀ ਕੋਈ ਅਬ ਐਗ ਮੁੰਡੇ ਦਾ ਫੋਨ ਆਇਆ ਉਹ ਕਹਿੰਦਾ ਮੈਂ ਤਾਂ ਘਰੇ ਆਉਣਾ ਪਹਿਲਾਂ ਇਹਨੂੰ ਘਰੋਂ ਕੱਢ ਕਿਉਂ ਘਰੋਂ ਕਿਉਂ ਕੱਢ ਤੇ ਹੋਰ ਹੁਣ ਉਹ ਨਹੀਂ ਮੰਨਦਾ ਕੀ ਕੀ ਕਰਾਂ ਦੱਸ ਨਹੀਂ ਜਦੋਂ ਗੱਡੀ ਤੇਰੇ ਨਾਲ ਲਈ ਸੀ ਉਦੋਂ ਨਹੀਂ ਦੇਦਾ ਮੁੰਡਾ ਫਿਰ ਕੀਆ ਗੱਡੀ ਨਾਲ ਲਵਾਈ ਸੀਗੀ ਤੇ ਤੀਜੇ ਦਿਨ ਤੁਸੀਂ ਗੱਡੀ ਵੇਚਤੀ ਮੈਨੂੰ ਪੁੱਛੇ ਬਿਨਾ ਸਾਰਾ ਕੁਝ ਤੇ ਮੈਂ ਵੇਚਵਟਤਾ ਤੇ ਹੁਣ ਮੈਂ ਕਿੱਥੇ ਜਾਊਂਗਾ ਇਹ ਨਹੀਂ ਮੈਨੂੰ ਪਤਾ ਮੇਰੇ ਹੱਥ ਜੜਾਲਾ ਜਾਂ ਚਲਾ ਜਾ ਇਥੋਂ ਸਾਡੇ ਮਾਂ ਪੁੱਤਾਂ ਚ ਲੜਾਈ ਪੈਂਦੀ ਆ ਜਾਂ ਚਲਾ ਜਾ ਤੂੰ ਇਥੋਂ ਮਾਂ ਪੁੱਤੋ ਦੋਵੇਂ ਦੇਖਦੇ ਸੀ ਜਦੋਂ ਦੋ ਦੋ ਲੱਖ ਦੇ ਚੈੱਕ ਫੜਦੀ ਸੀ ਮੈਂ ਆਪਦਾ ਜਵਾਕ ਥੋੜੀ ਛੱਡਣਾ ਹੁਣ ਤੇਰੇ ਪਿੱਛੇ ਲੱਗ ਕੇ ਨਹੀਂ ਮੈਂ ਹੁਣ ਜਾਊਂਗਾ ਕਿੱਥੇ ਇਹ ਵੀ ਤੇ ਦੱਸ ਮੈਨੂੰ ਰਾਹ ਤੇ ਦੇ ਕੋਈ ਵੇਚਵਟ ਕੇ ਤੇ ਸਾਰਾ ਕੁਝ ਮੈਂ ਤੈਨੂੰ ਦੇਤਾ ਮੈਨੂੰ ਨਹੀਂ ਪਤਾ ਕਿੱਥੇ ਜਾਏਗਾ ਪਰ ਆ ਫੜ ਬੈਗ ਜਾਂ ਚਲਾ ਜਾ ਉੱਟ ਕੇ ਜਾ ਮੈਂ ਜਾਊਂਗਾ ਕਿੱਥੇ ਮੈਨੂੰ ਨਹੀਂ ਪਤਾ ਚਾਚਾ ਐ ਵੇਡਾ ਜਾ ਸ਼ੁਕਰੇ ਬਲਗ ਔਟਲੀ ਦੱਸ ਹੁਣ ਪੱਲੇ ਤੇ ਇਹਦੇ ਕੱਖ ਰਿਆ ਨਹੀਂਗਾ ਹੁਣ ਇਹਨੂੰ ਮੇਲੇ ਨੂੰ ਇੱਥੇ ਬਿਠਾ ਕੇ ਕਿਤਰਾ ਰੋਟੀਆਂ ਦਈ ਜਾਵਾਂ ਚੰਗਾ ਹੋਇਆ ਚਲ ਗਿਆ ਤੇ ਨਾਲੇ ਮੈਂ ਆਪਦੇ ਪੁੱਤ ਚ ਵਸਦਿਆਂ ਝੋਗੀ ਉਸਤਾਦ ਇੱਥੇ ਹੀ ਰਹਿੰਦਾ ਬਾਈ ਇਹੀ ਘਰ ਹੈ ਚਲ ਆ ਜਾ ਬਾਈ ਭਾਬੀ ਸਾਸਰੀਕਾਲ ਸਾਸਰੀਕਾਲ ਜੀ ਸਾਸਰੀਕਾਲ ਤਾਂ ਠੀਕ ਆ ਕੌਣ ਹੋ ਤੁਸੀਂ ਮੈਂ ਬੱਚੀ ਗੱਡੀ ਦਾ ਡਰਾਈਵਰ ਕਿਹੜੀ ਤੇ ਕਿੱਥੇ ਨੇ ਕਿਹੜਾ ਉਸਤਾਦ ਕਿਹੜੀ ਗੱਡੀ ਜੈਲੀ ਬਾਈ ਦੀ ਗੱਲ ਕਰਦੇ ਆ ਜੀ ਮੇਰਾ ਵੱਡਾ ਭਾਈ ਮੈਂ ਨਹੀਂ ਜਾਣਦੀ ਤੇਰੇ ਭਾਈ ਭੂਈ ਨੂੰ ਓ ਬਾਈ ਮਜਾਕ ਕਰਦੀ ਆ ਭਾਬੀ ਅੰਦਰ ਹੀ ਹੁਣਾ ਉਸਤਾਦ ਮੈਂ ਵੇਖ ਕੇ ਆਵਾ ਕਿਉਂ ਵੀ ਮਜਾਕ ਕਰਨ ਨੂੰ ਤੂੰ ਮੇਰਾ ਰਿਸ਼ਤੇਦਾਰ ਲੱਗਦਾ ਦਫਾ ਹੋ ਇੱਥੋਂ ਮੈਂ ਨਹੀਂ ਜਾਣਦੀ ਤੁਹਾਨੂੰ ਤੁਸੀਂ ਕੌਣ ਜੇ ਦੱਸ ਦੋ ਕਿੱਥੇ ਨੇ ਜੀ ਸਾਡਾ ਘਰ ਬਰਬਾਦ ਹੁੰਦਾ ਪਿਆ ਹੱਥ ਚੜਾ ਲਓ ਮੈਨੂੰ ਨਹੀਂ ਪਤਾ ਮੈਂ ਨਹੀਂ ਜਾਣਦੀ ਕਿਸੇ ਨੂੰ ਆਂਦਾ ਹੋਰ ਕਿਤੇ ਲੱਭੋ ਜਾ ਕੇ ਬਈ ਤੂੰ ਤਾਂ ਕਹਿੰਦਾ ਸੀ ਇੱਥੇ ਆ ਬਾਈ ਉਹ ਬਾਈ ਇੱਥੇ ਸੀ ਮੈਂ ਕਿੰਨੀ ਵਾਰੀ ਆ ਕੇ ਗਿਆ ਇੱਥੇ ਬਾਈ ਦੋ ਤਿੰਨ ਵਾਰ ਤਾਂ ਮੈਂ ਆ ਗਿਆ ਝੂਠ ਬੋਲ ਰਹੀ ਏ ਹਾਂ ਝੂਠ ਬੋਲਦੀ ਆ ਇੱਥੇ ਮੈਂ ਤੂੰ ਜਾਣਾ ਕਿ ਮੈਂ ਪੁਲਿਸ ਨੂੰ ਸੱਦਾ ਫਿਰ ਚੱਲ ਚੱਲੀਏ ਬਾਈ ਚਾਓ ਚਾਓ ਹੈ ਨਹੀਂ ਇੱਥੇ ਕੋਈ ਵੀ ਚਲੋ ਚਲੋ ਨਿਕਲੋ ਇੱਥੋਂ ਆ ਜਾਂਦੇ ਉਹੀ ਮੂੰਹ ਚੱਕ ਕੇ ਜਲਿਆ ਦੁਰਦੁਰ ਕੇ ਵੀ ਥੱਕ ਗਿਆ ਜਨਾਨੀ ਪਿੱਛੇ ਲੱਗ ਕੇ ਨਾ ਸਾਰਾ ਕੁਝ ਬਰਬਾਦ ਕਰਤਾ ਮਾਤੀ ਮਰੀ ਗਈ ਸੀ ਤੇਰੀ ਤਾਂ ਵਧੀਆ ਕੰਮ ਚੱਲ ਪਿਆ ਸੀ ਪੈਸੇ ਵੀ ਆਉਣ ਲੱਗ ਗਏ ਸੀ ਜੇ ਆ ਜਨਾਨੀ ਪਿੱਛੇ ਨਾ ਲੱਗਦਾ ਕਾਹਨੂੰ ਬਰਬਾਦ ਹੁੰਦਾ ਤੂੰ ਨਾਲੇ ਪਿੱਛੇ ਬੱਚੇ ਪਤਾ ਨਹੀਂ ਵਿਚਾਰੇ ਕਿਵੇਂ ਹੋਣਗੇ ਉਧਰੋਂ ਦਰਜੀ ਉਹਦਾ ਪਤਾ ਨਹੀਂ ਕੀ ਹਾਲ ਹੋਣਾ ਜੀ ਕਰਦਾ ਕੁਝ ਖਾ ਕੇ ਮਰ ਜਾਵਾਂ ਪਰ ਜੱਲਿਆ ਡਰਾਈਵਰ ਐਡੀ ਛੇਤੀ ਹਾਰ ਨਹੀਂ ਮੰਨਦੇ ਹੁੰਦੇ ਜਦੋਂ ਤੂੰ ਇੰਨੀਆਂ ਉਕੜਾਂ ਕੱਢ ਗਏ ਇੱਥੇ ਤੱਕ ਪਹੁੰਚ ਸਕਦਾ ਹੈ ਤੇ ਇਹ ਤਾਂ ਗੱਲ ਹੀ ਕੁਛ ਨਹੀਂ ਕੁਛ ਨਹੀਂ ਹੁੰਦਾ ਕਿਸੇ ਹੋਰ ਦੀ ਗੱਡੀ ਚਲਾ ਲਾਂਗੇ ਹੋਰ ਦੀ ਗੱਡੀ ਤੇ ਲੱਗ ਕੇ ਦੁਬਾਰਾ ਇਹ ਜਨਾਨੀ ਨੂੰ ਨਾ ਕਾਮਯਾਬ ਹੋ ਕੇ ਵਿਖਾਣਾ ਤੇ ਇਹਨੂੰ ਬਰਾਬਰ ਦਾ ਹੋ ਕੇ ਟਕਰਾਂਗਾ ਮੈਂ ਦੇਖੀ ਜਾਏਗੀ ਜੇ ਲਾ ਤੂੰ ਹਿੰਮਤ ਨਾ ਹਾਰਾ ਇੱਕ ਵਾਰੀ ਫੇਰ ਚੱਲ ਦੁਬਾਰਾ ਗੱਡੀ ਤੇ ਓਨਾ ਚਿਰ ਮੈਂ ਘਰ ਨਹੀਂ ਵੜਦਾ ਜਿੰਨਾ ਚਿਰ ਦੁਬਾਰੇ ਫੇਰ ਨਾ ਕੋੜਾ ਬਣਾਇਆ ਤੂੰ ਕੀ ਸਮਝੇਂਗੀ ਵੀ ਜੇ ਲਾ ਹਾਰ ਗਿਆ ਲਾ ਚੱਲ ਜਲਿਆ ਦੁਬਾਰਾ ਫੇਰ ਚੱਲ ਗੱਡੀ ਤੇ